ਅੱਲਾ ਦੇ ਨਬੀ ਜਿਹੜੇ ਵੇਲੇ ਗੋਸ਼ਤ ਖਾਵੇ ਨਾ ਬੱਕਰੇ ਦੇ ਜਾਨਵਰ ਦੀ ਘੁੱਟਨੇ ਕਿਨੇ ਉੱਤੇ ਵਾਲੀ ਰਾਨ ਖਾਵਣ ਪਸੰਦ ਕਰਦੇ ਹਨ। ਜੇ ਕੋਈ ਸੱਥਾ ਲਾ ਦੇਣ ਸੱਥਲ ਦਾ ਗੋਸ਼ਤ ਜ਼ਿਆਦਾ ਖਾਂਦੇ ਹਨ। ਇਮਾਮੇ ਕਾਇਨਾਤ ਬੱਕਰੇ ਦਾ ਗੋਸ਼ਤ ਖਾਵੇ ਨਾ ਤੇ ਰਾਨ ਦੀ ਸੂਰਤ ਚ ਖਾਂਦੇ ਹਨ। ਸਬਜ਼ੀ ਕਸਾ ਕੱਦੂ ਪਸੰਦ ਕਰਦੇ ਹਨ, ਸ਼ੋਰਬੇ ਵਾਲਾ ਸਾਲਣ ਖਾਂਦੇ ਹਨ, ਚੌ ਦੀ ਰੋਟੀ ਖਾਂਦੇ ਹਨ ਤੇ ਖਜੂਰ ਖਾਂਦੇ ਹਨ, ਸ਼ਹਿਦ ਖਾਂਦੇ ਹਨ। ਇਹ ਇਮਾਮੇ ਕਾਇਨਾਤ ਦੀ ਗਿਜ਼ਾਈਅਤ ਦੇ ਮੈਦਾਨ ਚ ਪਸੰਦ ਆਈ ਹੈ। ਇਹ ਵਾਸਤੇ ਮੇਰੇ ਨਬੀ ਦੀ ਤਬੀਅਤ ਵੀ ਕਦੇ ਖਰਾਬ ਨਾ ਆਉਂਦੀ ਹੈ, ਮੇਦੇ ਦਾ ਵੀ ਮਸਲਾ ਨਾ ਬਣਦਾ। ਸਬਜ਼ੀਆਂ ਇਸਤੇਮਾਲ ਕਰ, ਅੱਲਾ ਦੇ ਨਬੀ ਦੀ ਪਸੰਦ ਲੈਣ, ਅੱਲਾ ਤੇਰੀਆਂ ਸਾਰੀਆਂ ਬਿਮਾਰੀਆਂ ਦੂਰ ਕਰਦੇ ਸੀ, ਅੱਲਾ ਤੇਰੇ ਸਾਰੇ ਮਸਲੇ ਹੱਲ ਕਰਦੇ ਸੀ। ਅੱਲਾ ਦੇ ਉਹ ਪਸੰਦ ਬਣਾ ਜਿਹੜੀ ਮੇਰੇ ਮਹਿਬੂਬ ਦੀ ਪਸੰਦ ਆਈ, ਮੈਂ ਅੱਲਾ ਤੇਰੇ ਤੇ ਰਹਿਮਤ ਦੇ ਮੰਗ ਖੋਲਦੇ ਸਾਂ। ਤਵੱਜੋ ਹੈ ਇਨਸ਼ਾਅੱਲਾ। ਕਿਆ ਖਿਆਲ ਹੈ ਬਾਈ, ਮੇਰੇ ਦੇਖੋ ਅਦਰਾ, ਪਹਿਲੇ ਨੰਬਰ ਤੇ ਸੱਜੇ ਪਾਸੋਂ ਇਬਤਦਾ ਕਰਨ ਕੋ ਪਸੰਦ ਕਰਦੇ ਆ, ਯਾਦ ਥੀ ਆਪਾਂ ਗੱਲ। ਦੂਜੇ ਨੰਬਰ ਤੇ ਉਹ ਕਲਮਾ ਜਿਹੜਾ ਲਸ਼ਮੀ ਉਹ ਪਸੰਦ ਆ। ਤੀਜੇ ਨੰਬਰ ਤੇ ਨਬੀ ਪਾਕੋਂ ਸ਼ਹਿਦ ਤੇ ਮਿੱਠਾ ਪਸੰਦ ਆ। ਚੌਥੇ ਨੰਬਰ ਤੇ ਨਬੀ ਪਾਕੋਂ ਕੱਦੂ ਪਸੰਦ ਆਈ ਤੇ ਚੌ ਦੀ ਰੋਟੀ ਪਸੰਦ ਆਈ। ਪੰਜਵੇਂ ਨੰਬਰ ਤੇ ਆਪਕੋ ਗੋਸ਼ਤ ਪਸੰਦ ਆਈ। ਅਗਲੀ ਗੱਲ ਸੁਣੇ, ਲਿਖਣ ਵਾਲੇ ਲਿਖੇ ਨਬੀ ਸਹੀ ਖਾਣਾ ਕਿਵੇਂ ਖਾਂਦੇ ਹਨ, ਆਪ ਦੇ ਖਾਣੇ ਦਾ ਤਰੀਕਾ ਕਿਹੜਾ ਆਉਂਦਾ ਤੇ ਆਪ ਖਾਣਾ ਖਾਂਦੇ ਕਿਹੜਾ ਹਨ। ਆਖਣ ਲੱਗੇ ਕਸਰਤ ਨਫੇ ਸੀਰੋ ਹਾਫਿਲ ਕੁਵਾ। ਅੱਲਾ ਦੇ ਨਬੀ ਉਹ ਖਾਣਾ ਖਾਂਦੇ ਹਨ ਜਿਹੜਾ ਨਫਾ ਦੇਵੇ ਆ, ਆਪ ਉਹ ਖਾਣਾ ਖਾਂਦੇ ਹਨ ਜਿਹੜਾ ਮੇਦੇ ਕੋ ਤਾਕਤ ਦੇਵੇ ਆ, ਆਪ ਉਹ ਖਾਣਾ ਖਾਂਦੇ ਹਨ ਖਿਫਤ ਅਲਲ ਮੇਦਾ, ਜਿਹੜਾ ਮੇਦੇ ਤੇ ਬੋਝ ਨਾ ਬਣੇ ਆ, ਸੁਰਅਤ ਹਜ਼ਮੇ ਆ, ਆਪ ਇੰਜਾ ਖਾਣਾ ਖਾਂਦੇ ਹਨ ਜਿਹੜਾ ਹਾਜ਼ਮੇ ਚ ਜਲਦੀ ਕਰੇ ਆ। ਵਹਾਜ਼ਾ ਅਫਜ਼ਲ ਮਾ ਹਜ਼ਮ ਜਲਦੀ ਥੀ ਵਿਆ। ਵਾਸਤੇ ਮੇਰੇ ਨਬੀ ਕਰੀਮ ਨੇ ਆਪਣੀ ਪਸੰਦ ਸਾਹਾਬਾਂ ਦੇ ਜ਼ਰੀਏ ਸਾਡੇ ਤੱਕ ਪਹੁੰਚਾਈ ਹੈ। ਮਕਸਦ ਆ ਤੁਸਾਂ ਦੀ ਹਲਕੀ ਗਿਜ਼ਾ ਇਸਤੇਮਾਲ ਕੀਤੀ ਕਰੋ, ਐਸੀ ਗਿਜ਼ਾ ਇਸਤੇਮਾਲ ਕੀਤੀ ਕਰੋ ਜਿਹੜੀ ਤਾਕਤ ਦੇਵੇ, ਐਸੀ ਗਿਜ਼ਾ ਇਸਤੇਮਾਲ ਕੀਤੀ ਕਰੋ ਜਿਹੜੀ ਹਜ਼ਮ ਜਲਦੀ ਥੀਵੇ। ਅੱਲਾ ਦੇ ਪਾਕ ਨਬੀ ਦੀ ਪਸੰਦ ਦੀ ਪਸੰਦ ਚ ਬਣਾਓ, ਅੱਲਾ ਤੁਹਾਡੇ ਉੱਤੇ ਰਹਿਮਤ ਦੇ ਪਰਨਾਲੇ ਖੋਲਦੇ ਸੀ। ਮੇਦੇ ਦੇ ਤਰ੍ਹਾਂ ਹਿੱਸੇ ਕਰਕੇ ਖਾਣਾ ਖਾਵਣ ਸ਼ੁਰੂ ਕਰੋ, ਭੁੱਖ ਛੋੜ ਕੇ ਖਾਵਣ ਸ਼ੁਰੂ ਕਰੋ। ਖਾਓ ਉਵੇਲੇ ਜਲੇ ਤਲਬ ਥੀਵੇ। ਹੁਣ ਆਖੇ ਸੀ ਖਾਵਣਾ ਤੇ ਦੁਪਹਿਰ ਦਾ ਵਕਤ ਹੈ, ਖਾਣੇ ਦਾ ਵਕਤ ਹੈ, ਭਾਵੇਂ ਤਲਬ ਨਾ ਹੀ ਹੋਵੇ ਨਾ, ਵਕਤ ਕੋ ਪਾਂਦ ਦਿੱਤੀ ਪਏ ਤਾਂ ਬਿਮਾਰ ਹੈ। ਆਖੇ ਸੀ ਸ਼ਾਮ ਵਾਲਾ ਖਾਣਾ ਸਾਰੇ ਜੀ ਮੈਂ ਈ ਨਾ ਹਾਂ ਉਵਲੇ ਇਹ ਆਉਂਦਾ ਜਿਹੜੇ ਤਲਬ ਆਉਂਦੀ ਹੈ ਖਾਣਾ ਖਾਧਾ ਵੈਂਦਾ। ਹੁਣ ਤਲਬ ਹੋਵੇ ਨਾ ਹੋਵੇ ਟਾਈਮ ਕੋ ਤਰਜੀਹ ਦਿੱਤੀ ਵੈਂਦੀ ਹੈ। ਬਲ ਅੱਜ ਕੱਲ੍ਹ ਵੀ ਆ ਚੱਕਰ ਵੀ ਮਾਰਕਾ ਵੈਂਦੇ ਨੇ ਸ਼ਾਜਿਆਂ ਤੇ ਤੇ ਦੂ ਚਾਰ ਤਕੜੇ ਜਵਾਨ ਰਲਾਈ ਵੈਣਾ, ਆਦੇ ਬਾਬਾ ਨੀਂਦ ਦੇਣੀ ਕੋਈ ਤੇ ਪੀਓ ਦੇ ਨੌਕਰ ਤਾਂ ਨਹੀਂ ਸੀ, ਤਕੜੀ ਸਫਾਈ ਕਰਨੀ। ਪਰ ਉਥਾਂ ਕੀ ਆ ਵਾ ਤੂੰ ਉਥਾਂ ਟਿਬਕਾਂ ਸ਼ਿਬਕਾਂ ਖੋਲ ਬੈਠਾ, ਨਾ ਨਬੀ ਦੀ ਪਸੰਦ ਯਾਦ ਰਹੀ ਤੇ ਨਾ ਮੇਦਾ ਯਾਦ ਰਿਹਾ, ਨਾ ਸ਼ੂਗਰ ਯਾਦ ਰਹੀ। ਕਮ ਅਜ਼ ਕਮ ਕੋਈ 15-20 ਪਲੇਟਾਂ ਤਾਂ ਵੱਲ ਚੁਟਕੀ ਦਾ ਖੇਲ ਸੀ ਆ ਨਾ। ਪੁੱਛੋ ਸੇ ਕਿਉਂ ਅੱਗੇ ਸੀ, ਮੈਂ 2000 ਜਮ੍ਹਾਂ ਕਰਾਵਣੇ ਕੋਈ ਹਰਾਮ ਦੇ ਪੈਸੇ ਨਾ ਗਿਆ, ਨਹੀਂ ਆਪਣੀ ਸਿਹਤ ਕੋ ਨਾ ਦੇਖ ਸੀ, ਆਪਣੀ ਸਿਹਤ ਬਰਬਾਦ ਕੀਤੀ ਵੇ। ਖਾਣਾ ਉਹ ਖਾ ਜਿਹੜਾ ਹਲਕਾ ਹੋਵੇ, ਮੇਦੇ ਤੇ ਵਜ਼ਨ ਨਾ ਕਰੇ।